ਸੈਨ ਫਰਾਂਸਿਸਕੋ ਦੇ ਪੁਲਿਸ ਆਫੀਸਰਸ ਦੀਆਂ ਕਾਰਾਂ ਦੇ ਕੈਟਲਿਕ ਕਨਵਰਟਰ ਚੋਰੀ ਹੋ ਗਏ। 4 ਦੇ ਕਰੀਬ ਕਾਰਾਂ ਖੜੀਆਂ ਸੀਗੀਆਂ ਸੈਨ ਫਰਾਂਸਿਸਕੋ ਪੁਲਿਸ ਦੀਆਂ, ਤੇ ਡੀ ਹਾਰੋ ਤੇ 16 ਸਟਰੀਟ ਦੇ ਉੱਤੇ। ਤੇ ਜਦੋਂ ਪੁਲਿਸ ਵਾਲੇ ਦੁਆਰਾ ਹੀ ਚੈੱਕ ਕਰਨ ਗਏ ਉੱਤੇ ਖੜੀਆਂ ਕਰਕੇ ਚਲ ਗਿਆ ਸੀ, ਤੇ ਮੁੜ ਕੇ ਦੇਖਿਆ ਵੀ ਉਹਨਾਂ ਦੇ ਜਿਹੜੇ ਕੈਟਾਲਿਟਿਕ ਕਨਵਰਟਰ ਆ ਉਹ ਚੋਰੀ ਹੋਏ ਹੋ ਸੀਗੇ। ਸੋਤਿਆਂ ਨੂੰ ਦੱਸਦੇ ਜਾਈਏ, ਇਸ ਵੇਲੇ ਨੰਬਰ 1 ਚੋਰੀ ਜਿਹੜੀ ਕਾਰਾਂ ਦੀ ਹੁੰਦੀ ਹੈਗੀ ਆ ਤਾਂ ਉਹ ਕੈਟਾਲਿਟਿਕ ਕਨਵਰਟਰ ਆ। ਇੰਨੀ ਵੱਡੀ ਇਹ ਪ੍ਰੋਬਲਮ ਹੋ ਰਹੀ ਆ, ਕਈ ਲੋਕਾਂ ਦੀਆਂ ਇੱਕ ਇੱਕ ਕਾਰ ਦੀਆਂ ਤਿੰਨ ਤਿੰਨ ਵਾਰੀ ਕਨਵਰਟਰ ਚੋਰੀ ਹੋ ਚੁੱਕੇ ਆ। ਪਿਛਲੇ ਅਗਸਤ ਦੇ ਵਿੱਚ ਫਰੀਮੌਂਟ ਪੁਲਿਸ ਨੇ ਇੱਕ ਕੰਪਨੀ ਦੇ ਵਿੱਚ ਛਾਪਾ ਮਾਰਿਆ ਸੀ ਐਰੋ ਰਿਕਵਰੀ ਕਰਕੇ, ਉੱਥੋਂ 300 ਕੈਟਾਲਿਟਿਕ ਕਨਵਰਟਰ ਜਿਹੜੇ ਆ ਚੋਰੀ ਹੋਏ ਉਹਨਾਂ ਨੇ ਲੱਭੇ ਸੀ।